ਲੋੜੀ ਵਾਲੇ ਦਿਨ ਤੂੰ ਆ ਕੇ ਆਪਣਾ ਟਰੈਕਟਰ ਚਾ ਕੇ ਲੈ ਜਾਈਏ ਤੇ ਪਿਆ ਹੋਇਆ ਤੇ ਇਸ ਕੁਆਲਟੀ ਦੀ ਕਾਰ ਤੁਹਾਨੂੰ ਪੂਰੇ ਪੰਜਾਬ ਤੋਂ ਨਹੀਂ ਮਿਲਣੀ ਰੇਟ ਦੱਸਣ ਲਗਾ ਭਾਜੀ ਉੱਪਰ ਖੜੇ ਹੋ ਜਾਓ ਕਾਰ ਦਾ ਦਿਖਾਵਾਂਗੇ ਪਰ ਉੱਪਰ ਇਹਦੇ ਪੱਤੇ ਪੱਤੇ ਦੇਖੋ ਅੱਛਾ ਹਾਂ ਬੈਲੈਂਸ ਕਰੋ ਬੈਲੈਂਸ ਲੋ ਜੀ ਰੱਖੋ ਰੱਖੋ ਚਲੋ ਚਲੋ ਕਾਰ ਦੇਖ ਸਕਦੇ ਹੋ ਭਾਈ ਸਾਹਿਬ ਕੰਨਰਾ ਜੱਟ ਦੀ ਟੌਰੀ ਕੰਨ ਟ੍ਰੈਕਟਰ ਨਾਲ ਹੁੰਦੀ ਹੈ ਤੇ ਚੌਕਾਂ ਚ ਉਹਦੀ ਗਲੀਆਂ ਦੇ ਨਾ ਟੋਇਆਂ ਦੇ ਵਿੱਚ ਲਾਣੇ ਟ੍ਰੈਕਟਰ ਤਾਂ ਤੁਹਾਡਾ ਸਵਾਦ ਆਊਗਾ ਦੇਖਣ ਦਾ ਵੀ ਚਲਾਉਣ ਦਾ ਵੀ ਤੇ ਨਿਭਾਉਣ ਦਾ ਵੀ ਹੰਡਾਉਣ ਦਾ ਵੀ ਸਭ ਤੋਂ ਹਤੋੜਾ ਗੱਡੀ ਹਰ ਕੋਲ ਆ ਚੁੱਕੀ ਹੈ ਸਾਡੀ ਮੇਡ ਇਨ ਇੰਡੀਆ ਰੁਪਈਏ ਤੁਹਾਡੇ ਮਤਲਬ ਦੇ ਚੱਲ ਕੇ ਸਿਰਫ ਤੁਹਾਨੂੰ ਆਉਣਾ ਪੈਣਾ ਨਹੀਂ ਚਲਾਇਆ ਦਿੰਦਾ ਫੋਨ ਤੇ ਕਾਣੀ ਸਾਡਾ ਸੈੱਟ ਕਰ ਲਓ ਡਾਇਲ ਕਰ ਲਓ 830000086 ਨੰਬਰ ਤੇ ਸੇਮ ਵੀ ਬੰਦਾ ਕੋਈ ਬਣਾ ਕੇ ਵੇਚ ਸਕਦਾ ਮਾਲਕ ਘੱਟ ਪੈਸਿਆਂ ਦੇ ਵਿੱਚ ਉਹਦਾ ਫਰਕ ਕਿਵੇਂ ਪਤਾ ਲੱਗੇ ਸਾਰੇ ਬਣਾਉਂਦੇ ਨੇ ਕਵਾਂਟਰ ਕਵਾਂਟਰ ਦੇ ਬੰਦਿਆਂ ਨੂੰ ਇਹ ਬਾਹ ਕੇ ਨੰਗਦਾ ਮਲ ਕੇ ਜਵਾਕ ਦੇ ਬੈਨ ਨੂੰ ਇੱਕ ਸੀੜਾ ਚਾਹੇ ਥੋੜੇ ਸਾਰੇ ਆੜਗਾ ਘਵਣ ਦੇ ਜਵਾਕ ਵੀ ਨਾਲ ਲੌਂਕੇ ਫਿਰਨਾ ਤਾਂ ਵੀ ਨਹੀਂ ਟੁੱਟਦਾ ਇਹ ਜੈਸੇ ਗਿਫਟ ਦੇਣ ਲੱਗੇ ਆ ਭਾਈ ਜੀ ਇਹ ਗਿਫਟ ਦੇਣ ਲੱਗੇ ਆ ਗਿਫਟ ਦੇਣਾ ਤਾਂ ਹੈ ਜੇ ਬੈਨ ਤੋਂ ਬਾਅਦ ਬਾਈ ਖੜ ਕੇ ਦਿਖਾਏਗਾ ਬਾਈ ਇੱਕ ਤਾਂ 3 ਸਾਲ ਦੇ ਬੱਚੇ ਵਾਸਤੇ ਹੁੰਦੀ ਹੈ ਬਾਈ ਇਹ ਤੁਹਾਡੇ ਹਾਸਤੇ ਦੀਵੇਂ ਬੈਹਿ ਗਏ ਨਾ ਤੇ ਖੜੇ ਵੀ ਹੋ ਜਾ ਹੁਣ ਅੱਛਾ ਖੜੇ ਵੀ ਹੋ ਜਾ ਤਾਂ ਕਿ ਲੋਕਾਂ ਨੂੰ ਦੱਸ ਦੋ ਵੀ ਕੁਆਲਿਟੀ ਨਿਕਮੀ ਨਹੀਂ ਕੁਆਲਿਟੀ ਚੰਗੀਆਂ ਰੱਖੀਆਂ ਨੇ ਟੁੱਟ ਗਈ ਸਾਡੀ ਜੁੜੀ ਤੁਹਾਡੀ ਬਾਜੀ ਖੜ ਜੋ ਉਪਰ ਤੇ ਅੱਛਾ ਚਾਹੇ ਬਾਈ ਕਹਿੰਦਾ ਖੜ ਜੋ ਹਾਂ ਉਹ ਕਹਿੰਦੇ ਅਜੇ ਰੇਮਨ ਮਾਜੋ ਲੋ ਜੀ ਚੀ ਦੇ ਕੋ ਚੀ ਦੇ ਕੋ ਨਸ਼ਕਾਰਾ ਮਾਰਦਾ ਹੈ ਕੰਪਨੀ ਦੇ ओरिजिनल ਮਾਡਲ ਰੱਖੇ ਨੇ ਸੂਟੇਬਲ ਪ੍ਰਾਈਸ ਰੱਖੇ ਨੇ ਤੁਹਾਡਾ ਫਾਇਦਾ ਕਰਾਵਾਂਗੇ 1 ਮਹੀਨੇ ਦੀ ਗਾਰੰਟੀ 1 ਮਹੀਨੇ ਦੀ ਚਾਰਜ ਦੀ ਗਾਰੰਟੀ ਬੈਟਰੀ ਦੀ ਗਾਰੰਟੀ ਦੇ ਨਾਲ ਭਾਈ ਆ ਜਾ ਵੀ ਐ ਇੱਕ ਗੱਲ ਤਾਂ ਹੈ ਵੀ ਭਾਈ ਆਪੇ ਕਹਿੰਦਾ ਵੀ ਤਸੱਲੀ ਕਰ ਲਓ ਵੀ ਭਾਈ ਮੈਂ ਵੀ ਟਰਾਈ ਕਰ ਰਿਹਾ 86 ਕਿਲੋ ਤੇ ਮੈਂ ਵੀ ਪਹੁੰਚ ਕੇ ਵੀਡੀਓ ਬਣੀ ਹੈ ਧਿਆਨ ਮੋਜ਼ ਪਹਿ ਜਰੂਰ ਲੈ ਕੇ ਜਾਓ ਕਾਰਡ ਜਰੂਰ ਲੈ ਕੇ ਜਾਓ ਖਰਚਣ ਤੋਂ ਪਹਿਲਾਂ ਇੱਕ ਘੰਟੀ ਸਾਡੇ ਨੰਬਰ ਤੇ ਮਾਰ ਲਿਓ ਦਾਅਵੇ ਨਾ ਕਰਨਾ ਤਾਰੇ ਫਾਇਦੇ ਕਰਾ ਦਨੇ ਆ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਪ੍ਰੀਤ ਕੋਟਲੀ ਅੱਜ ਪਹੁੰਚਾ ਲੁਧਿਆਣੇ ਤੇ ਆ ਬੰਦਾ ਮੈਨੂੰ ਲੱਗਦਾ ਨਹੀਂ ਤੁਸੀਂ ਜਿਹੜਾ ਹੈਗਾ ਕੋਈ ਬੰਦਾ ਰਹੇਗਾ ਹੋਣਾ ਜਿਹਨੇ ਨਾ ਦੇਖਿਆ ਹੋਵੇ ਕਾਰਨ ਕਿ ਕਿਉਂਕਿ ਇਹ ਭਰਾ ਸਾਡਾ ਖੁਰਾਣਾ ਸਾਹਿਬ ਇਹਨਾਂ ਦਾ ਇੱਕ ਬ੍ਰਾਂਡ ਆ ਗੁਰਟਵਾਏ ਸੋ ਹੁਣ ਆਪਾਂ ਬਾਈ ਦੇ ਆਪਾਂ ਸ਼ਾਪ 'ਚ ਪਹੁੰਚ ਚੁੱਕੇ ਆ ਹਨਾ ਤਾ ਬਾਈ ਨਾਲ ਗੱਲਬਾਤ ਕਰਦਾ ਵੀ ਕੀ ਕੀ ਦਿੱਤਾ ਬਾਈ ਪਹਿਲਾਂ ਦਾ ਯਾਰ ਕੰਮ ਬੜਾ ਬਾਖਮਾਲ ਹੈ ਠੀਕ ਆ ਵੀ ਮੈਨੂੰ ਲੱਗਦਾ ਵੀ ਤੁਹਾਨੂੰ ਸਾਰੇ ਜਾਣਦੇ ਹੋਣਾ ਕੀ ਕਾਰਨ ਆ ਤੁਹਾਡੇ ਚ ਕੀ ਖੂਬੀ ਹੈ ਜਿਹਦੇ ਕਰਕੇ ਫੇਸਬੁੱਕ ਤੇ ਤੁਹਾਡੇ ਨਾਲ ਹੀ ਭਰੀ ਪਈ ਹੈ ਸ਼ੁਕਰਾਨਾ ਉਸ ਗੁਰੂ ਮਾਰਾ ਹੈ ਮੇਰੇ ਸਤਿਗੁਰੂ ਬਾਬਾ ਦੀਪ ਸਿੰਘ ਜੀ ਨੇ ਹੱਟ ਬਣਾਇਆ ਹੈ ਹੱਟ ਬਖਸ਼ ਕੇ ਉਪਰਾਲਾ ਕੀਤਾ ਸੇਵਾ ਦਾ ਮੌਕਾ ਦਿੱਤਾ ਹੈ ਤੈਦ ਲੋ ਮੈਂ ਆਪਣੀ ਪਬਲਿਕ ਦਾ ਭੈਣਾ ਭਲੇ ਭਾਬੀਆਂ ਦਾ ਬੱਚਿਆਂ ਦਾ ਥੈਂਕਫੁਲ ਕਰਨਾ ਚਾਹਨਾ ਵੀ ਗੁਰਪ੍ਰੀਤ ਬਾਈ ਵਰਗੇ ਵੀ ਪੰਦਨਾ ਪੂਰੇ ਕੋਟਲੀ ਪਿੰਡ ਦਾ ਧੰਨਵਾਦ ਆ ਬਾਈ ਚੱਲ ਕੇ ਆਇਆ ਤੇ ਕਹਿੰਦੇ ਬਾਬਾ ਜੀ ਜਾਇਜ਼ਾ ਕਰਦਾ ਹੈ ਹੀ ਹੈ ਗੱਲਾਂ ਵੀ ਕਹਿੰਦੇ ਦੇਖੋ ਗੁਲਾਬ ਜਮ ਲਾਲ ਲੈਣ ਦੀਆਂ ਤੇ ਪਿਆਰ ਸਾਰੇ ਦਿੰਦੇ ਨੇ ਤਿਆਰ ਹੋ ਜਾਓ ਅਸੀਂ ਕੋਈ ਪੇਡ ਇਨਫੋਰਮੇਸ਼ਨ ਨਹੀਂ ਪਾਉਂਦੇ ਸਿਰਫ ਇਨਫੋਰਮੇਸ਼ਨ ਦੇਣ ਲੱਗਾ ਤੁਹਾਡੇ ਲੱਖਾਂ ਰੁਪਏ ਦੇ ਫਾਇਦੇ ਕਰਾਉਣੇ ਨੇ ਕੁਝ ਅਸੀਂ ਖੜਾਉਣੇ ਜੈਸੀ ਵੈਲਿਟੀ ਲੈ ਕੇ ਆਏ ਆ ਜਿਹੜੇ ਬਾਜ਼ਾਰ ਤੁਹਾਨੂੰ ਮਿਲਦੀ ਹੈ ਮਹਿੰਗੀ ਆ ਇਹ ਤੁਹਾਨੂੰ ਸਸਤਾ ਦੇ ਕੇ ਸਹੀ ਇੱਕ ਦਿਸ਼ਾ ਵੱਲ ਤੋਰਾਂਗੇ ਕੁਝ ਲੇਬੀ ਵੰਗਾ ਸੇ ਤੁਰਨਾਨੀ ਨਾ ਕਿਸੇ ਨੂੰ ਸਖਾਣਾ ਹੈ ਨੰਬਰ 1 ਤੇ ਬਹੁਤ ਯੂਨੀਕ ਪਹਿਲੇ ਦੱਸ ਦੀਏ ਅਗਰ ਬੱਚਾ 1 ਸਾਲ 2 ਸਾਲ ਚ ਸਿਰਫ 2.5 ਸਾਲ ਦਾ ਹੈਗਾ ਬੇਸਿਕ ਕਾਰ ਦਾ ਦੇ ਲੇਗੇ 6000 ਰੁਪਏ ਦੀ ਤੁਹਾਨੂੰ ਕਿਸੇ ਨੇ ਗੱਡੀ ਨਹੀਂ ਦੇਣੀ ਨੌਲੇਜ ਵੀ ਲੈ ਲਓ ਫੋਟੋ ਵੀ ਖਿਚ ਲਓ ਬਾਈ ਨੂੰ ਫੜ ਲਿਓ ਜੇ ਕੋਈ ਨਾਂ ਦੇ ਦਈਏ ਤੇ ਹੋਰ ਦੱਸੋ 6000 ਤੋਂ ਬਾਅਦ 6500 ਰੁਪਏ ਦੀ ਤੁਹਾਨੂੰ ਗੱਡੀ ਦਵਾਂਗੇ ਲਗਜ਼ਰੀ ਮੈਟੈਲਿਕ ਦੇ ਵਿੱਚ ਨੌਨ ਮਡੈਲਿੰਗ ਲੈਣੀ ਹੈ BMW ਸਰ ਕੋ ਕਾਰ ਹੈਗੀ 6000 ਦੀ ਤੇ ਜੀ ਬਣਾਣਾ ਚਾਹੁੰਦੇ ਹੋ ਬੱਚਿਆਂ ਦੀ ਸਭ ਤੋਂ ਹਤੋੜਾ ਗੱਡੀ ਸਰ ਕੋ ਆ ਚੁੱਕੀ ਹੈ ਸਾਡੀ ਮੇਡ ਇਨ ਇੰਡੀਆ ਮੋਦੀ ਸਾਹਿਬ ਨੇ ਇੱਕ ਉਪਰਾਲਾ ਵਧੀਆ ਕੀਤਾ ਹੈ ਪ੍ਰੋਪਰ ਇੰਡੀਆ ਦੇ ਵਿੱਚ ਸਾਡੀਆਂ ਗੱਡੀਆਂ ਲੁਧਿਆਣਾ ਸ਼ਹਿਰ ਸਾਡੇ ਬੰਦੀਆ ਪੀਆ ਨੇ ਕੋਈ ਮੇਰਾ ਭਰਾ ਪੰਜਾਬ ਦੇ ਵਿੱਚ ਹੋਲਸੇਲ ਕਰਦਾ ਪਿਆ ਹੈ ਜੇ ਦੁਕਾਨ ਸੇ ਮਾਲ ਲੈਣਾ ਚਾਹੁੰਦਾ ਹੈ ਡਾਇਰੈਕਟਲੀ ਮੈਨੂੰ ਕੰਟੈਕਟ ਕਰ ਸਕਦਾ ਹੈ ਇੱਕ ਪੀਸ ਵੀ ਲੈਣਾ ਚਾਹੁੰਦੇ ਹੋ ਸਾਡੇ ਸ਼ਹਿਰ ਮਾਡਲ ਟਾਊਨ ਵਿੱਚ ਤੁਹਾਡਾ ਸਵਾਗਤ ਹੈ ਜਿੱਥੇ ਤੁਹਾਨੂੰ ਢੇਰ ਸਾਰੀਆਂ ਗੱਡੀਆਂ ਦਿਖਾਵਾਂਗੇ ਵੈਰਾਈਟੀ ਤੁਹਾਡੇ ਮਤਲਬ ਦੀ ਰੁਪਈਏ ਤੁਹਾਡੇ ਮਤਲਬ ਦੇ ਚੱਲ ਕੇ ਸਿਰਫ ਤੁਹਾਨੂੰ ਆਉਣਾ ਪੈਣਾ ਹੈ ਨਹੀਂ ਚੱਲੇ ਜਾਂਦਾ ਫੋਨ ਤੇ ਕਾਣੀ ਸਾਡਾ ਸੈੱਟ ਕਰ ਲਓ ਡਾਇਲ ਕਰ ਲਓ 830000086 ਨੰਬਰ ਤੇ ਤੇ ਮਿਲਾਂਗੇ ਤੁਹਾਨੂੰ ਇੰਨੀ ਸਾਰੀ ਵੈਰਾਈਟੀ ਖੁਣਾਉਣਿਆਂ ਦੀ ਨਾਲ ਬਿਲਕੁਲ ਬਈ 830000086 ਤੇ ਬਾਕੀ ਪਹਿਲੀ ਗੱਲ ਇਹ ਆ ਬਈ ਯਾਰ ਜਿਵੇਂ ਮਨ ਲਾ ਇਹ ਗੱਡੀਆਂ ਤੁਹਾਡੀਆਂ ਹਨਾ ਤਾਂ ਇਹ ਸੇਮ ਵੀ ਬੰਦਾ ਕੋਈ ਬਣਾ ਕੇ ਵੇਚ ਸਕਦਾ ਮਨ ਲਾ ਕੇ ਘੱਟ ਪੈਸਿਆਂ ਦੇ ਵਿੱਚ ਉਹ ਤਾਂ ਫਰਕ ਕਿਵੇਂ ਪਤਾ ਲੱਗੇ ਸਾਰੇ ਬਣਾਉਂਦੇ ਨੇ ਸਾਰਿਆਂ ਦੇ ਕਹਿੰਦੇ ਨਾ ਬਾਬਾ ਜੀ ਸੁੱਖ ਰੱਖੇ ਸਭ ਦੇ ਢਿੱਡ ਭਰੇ ਜਾਂ ਸਭ ਸਭ ਰੋਟੀ ਖਾ ਕੇ ਸੌਂ ਸ਼ਾਂਤੀ ਬਾਬਾ ਜੀ ਸਭ ਨੂੰ ਬਖਸ਼ੇ ਸਭ ਤੋਂ ਵਧੀਆ ਉਪਰਾਲਾ ਪਰਮਾਤਮਾ ਨੇ ਇੱਕ ਰਾਤ ਬਖਸ਼ੀ ਹੈ ਜਿਹੜਾ ਬੰਦਾ ਸੌ ਕੇ ਉੱਡਦਾ ਹੈ ਨਾ ਦਿਨ ਵਲੇ ਕਈ ਐਸੇ ਕੰਮ ਹੁੰਦੇ ਜਿਹੜੇ ਪੈਂਡਿੰਗ ਹੁੰਦੇ ਬੰਦਾ ਕਰਦਾ ਹੈ ਉਹਨਾਂ ਚੋਂ ਮੈਂ ਵੀ ਇੱਕ ਹਮੇਸ਼ਾ ਹਿੰਮਤ ਮਾਰੀ ਹੈ ਵੀ ਫੇਸਬੁੱਕ ਤੇ ਲਾਈਵ ਵੀ ਆਇਆ ਫੇਸਬੁੱਕ ਤੇ ਸਾਰੇ ਭਰਾਵਾਂ ਨੂੰ ਸਬਤ ਦਿੱਤਾ ਹੈ ਸਾਰੇ ਭਰਾ ਮਿਲਦੇ ਖੁਸ਼ ਹੋ ਕੇ ਮਿਲਦੇ ਨੇ ਉਹ ਲੈ ਪਿਆਰ ਦਿੰਦੇ ਨੇ ਵੀ ਹਰੇਕ ਬੰਦਾ ਨੂੰ ਇਨਫੋਰਮੇਸ਼ਨ ਦਿੰਦਾ ਹੈ ਨਾ ਤੁਸੀਂ ਜਰੂਰ ਸਾਡੇ ਪੇਜ ਨੂੰ ਗੁਰੂ ਟਵਾਏ ਨੂੰ ਲਾਈਕ ਵੀ ਕਰ ਲੋ ਫੋਲੋ ਕਰ ਲੋ ਰੀਜ਼ਨ ਸਿਰਫ ਸਾੜ ਕੋ ਖਡਾਉਣਿਆਂ ਦੀ ਵੈਰਾਈਟੀ ਹੈ ਅਰਦਾਸ ਕਰੋ ਅਸੀਂ ਆਨਲਾਈਨ ਟਾਈਮ ਬਹੁਤ ਕੁਝ ਲੈ ਕੇ ਆ ਰਹੇ ਹਾਂ ਜਿਹੜਾ ਸਰਪ੍ਰਾਈਜ਼ ਦੇ ਕੇ ਨਵਾਂ ਸਾਲ ਸਭ ਲਈ ਕਦੇ ਵਧੀਆ ਛੜੇ ਤੇ ਅਸੀਂ ਗਿਫਟ ਦਿੰਨ ਲੱਗੇ ਆ ਭਾਈ ਜ ਜੇ ਬੈਨ ਤੋਂ ਬਾਅਦ ਬਾਈ ਖੜ ਕੇ ਦਿਖਾਏਗਾ ਬਾਈ ਟੁੱਟੇਗੀ ਤੇ ਸਾਡੀ ਜੁੜੇਗੀ ਤੇ ਤੁਹਾਡੀ ਲਓ ਬਈ ਜਵਾਕ ਆ ਪੱਕ ਕੇ ਵੇੜ ਰੱਬ ਦੀ ਕਿਰਪਾ ਨਾਲ ਮੇਰਾ ਹੋਊਗਾ 83 84 ਕਿਲੋ ਹੈ ਨਾ ਤੇ 84 ਕਿਲੋ ਦੀ ਆਪਾਂ ਗਏ ਕੁਰਸੀ ਤੇ ਬਹਿ ਜਾਓ ਠੀਕ ਆ ਤੇ ਬਹਿਣ ਵਾਸਤੇ ਮੈਨੂੰ ਲੱਗਦਾ ਹੈ ਬਾਈ ਨੇ ਬਾਈ ਇੱਕ ਤੋਂ ਤਿੰਨ ਸਾਲ ਦੇ ਬੱਚੇ ਵਾਸਤੇ ਹੁੰਦੀ ਹੈ ਬਾਈ ਇਹ ਤੁਹਾਡੇ ਹਾਸਤੇ ਦੀਵੇਂ ਬਹਿ ਗਏ ਨਾ ਤੇ ਖੜੇ ਵੀ ਹੋ ਜਾ ਹਣ ਅੱਛਾ ਖੜੇ ਵੀ ਹੋ ਜਾ ਤਾਂ ਕਿ ਲੋਕਾਂ ਨੂੰ ਦੱਸ ਦੋ ਵੀ ਕੁਆਲਿਟੀ ਨਿਕਮੀ ਨਹੀਂ ਕੁਆਲਿਟੀ ਚੰਗੀਆਂ ਰੱਖੀਆਂ ਨੇ ਟੁੱਟ ਗਈ ਸਾਡੀ ਜੁੜੀ ਤੁਹਾਡੀ ਬਾਜੀ ਖੜਜੋ ਉੱਪਰ ਤੇ ਅੱਛਾ ਚਾਹੇ ਬਾਈ ਕਹਿੰਦਾ ਖੜਜੋ ਹਾਂ ਉਹ ਕਹਿੰਦੇ ਅਜੇ ਦੇਗ ਮੈਂ ਬੰਝੋ ਲੋ ਜੀ ਉਹ ਅਜੇ ਦੇਗ ਮੋਟਰਸਾਈਕਲ ਨਹੀਂ ਲਾਂਦੇ ਮੈਂ ਮੋਟਰਸਾਈਕਲ ਲੈ ਕੇ ਆਇਆ ਸ਼ਾਂਤੀ ਰੱਖੋ ਕਿੱਥੇ ਗਿਆ ਮੋਟਰਸਾਈਕਲ ਇੱਥੇ ਰੁਕੀ ਹੋਏ ਇਹ ਬੰਦਾ ਮੈਨੂੰ ਲੱਗਦਾ ਨਾ ਪੂਰਾ ਐਕਟਰ ਹੈ ਠੀ ਅ ਜਿਹੜਾ ਪੂਰੀ ਆਉਂਦੀ ਹੋਵੇ ਹੈਨਾ ਲਓ ਬਾਈ ਕਾ ਦਾ ਲੈ ਤੈਨੂੰ ਬਾਈ ਪੰਜ ਦਾ ਜਵਾ ਛੋਟੇ ਹੁੰਦੇ ਨੇ ਮੈਂ ਘੱਟ ਚਲਾਇਆ ਕਿਉਂਕਿ ਮੈਨੂੰ ਪਤਾ ਹੀ ਆਪਣੇ ਪਿੰਡਾਂ ਦਾ ਪਤਾ ਹੀ ਬਈ ਥਾਕ ਜੇ ਰੁਪਏ ਹੁੰਦੇ ਲਓ ਅੱਜ ਆਪਾਂ ਸ਼ੌਕ ਪੂਰਾ ਕਰਦੇ ਨੇ ਲਓ ਬਾਈ ਕਹਿੰਦੇ ਆਜੇ ਦੇਮਿਆਂ ਦਾ ਆ ਗਿਆ ਮੋਟਰਸਾਈਕਲ ਚਲਾਉਂਦਾ ਜਲਾਉਂਦਾ ਕਹਿੰਦੇ ਪਾਰ ਦਾ ਜਾਊਗਾ ਰੋਡਾਂ ਕਹਿੰਦਾ ਧਿਆਨ ਨਾਲ ਸਾਈਡ ਤੇ ਕਰ ਬਲ 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 ਤੇ ਗੁਰਪ੍ਰੀਤ ਕੋਟਲੀ ਆ ਰਿਹਾ ਹੈ ਤੇ ਵੈਲਕਮ ਸਾਰਿਆਂ ਦਾ ਹੈ ਆ ਠੀਕ ਆ ਯਾਰ ਗੁਰੂ ਟਾਇ ਦੇ ਅੰਦਰ ਮੇਰੇ ਹਿਸਾਬ ਨਾਲ ਬਾਲਾ ਵੀ ਆ ਪਾ ਕੇ ਯਾਰ ਕਵਾਂਟਲ ਕਵਾਂਟਲ ਦੇ ਬੰਦਿਆਂ ਨੂੰ ਇਹ ਬਾਹ ਕੇ ਨਾ ਜਦਾ ਮਲ ਕੇ ਜਵਾਕ ਦੇ ਬੰਨ ਨੂੰ ਇੱਕ ਸੀੜਾ ਚਾਹੀਏ ਛੋੜੇ ਸਾਰੇ ਆਟਗਾ ਘਵਣ ਦੇ ਜਵਾਕ ਵੀ ਨਾਲ ਲੌਂਕੇ ਫਿਰਨਾ ਤਾਂ ਵੀ ਨਹੀਂ ਟੁੱਟਦਾ ਇਹ ਇਹ ਕਿੰਨੇ ਕਦਾ ਬਾਈ ਇਹ ਸਰ ਇਹਦਾ ਪ੍ਰਾਈਸ ਹਰ ਇੱਕ ਚੀਜ਼ ਅਸੀਂ ਮੈਂਸ਼ਨ ਕੀਤੀ ਹੋਈ ਹੈ ਤੁਹਾਡਾ ਅਗਰ ਵਧੀਆ ਲੱਗਦਾ ਰਿਤਿਕ ਰੋਸ਼ਨ ਦਾ ਕਹਿੰਦਾ ਜਮਾਨ ਆ ਗਿਆ ਫੋਟੋ ਬੰਦੇ ਨਾਲ ਲਈਓ ਬਾਈ ਦੀ ਕਹਿੰਦੇ ਗੱਲਾਂ ਵੀ ਸੋਣੀਆਂ ਨੇ ਇਹ ਗੱਲਾਂ ਵੀ ਸੋਣੀਆਂ ਹਾਤਰੇ ਨਾ ਦਿੰਦਾ ਹਾ ਤਾਂ ਦੇਖੋ ਕੋਣ ਲੌਗੋ ਦੱਸੋ ਤੇ 11000 ਦੀ ਕਮਲ ਕੀਮਤ ਹੈ ਵਧੀਆ ਟੈਂਕੀ ਦਵਾਂਗੇ ਬ੍ਰਾਂਡ ਦੀ ਪਾਜੀ ਸਲੈਂਸਰ ਉਤਾਰ ਕੇ ਰਾ ਜੀ ਦੇਖੋ ਜੀ ਦੇਖੋ ਨਸ਼ਕਾਰਾ ਮਾਰ ਕੰਪਨੀ ਦੇ ओरिजिनल ਮਾਡਲ ਰੱਖੇ ਨੇ ਸੂਟੇਬਲ ਪ੍ਰਾਈਸ ਰੱਖੇ ਨੇ ਤੁਹਾਡਾ ਫਾਇਦਾ ਕਰਾਵਾਂਗੇ 1 ਮਹੀਨੇ ਦੀ ਗਾਰੰਟੀ 1 ਮਹੀਨੇ ਦੀ ਚਾਰਜ ਦੀ ਗਾਰੰਟੀ ਬੈਟਰੀ ਦੀ ਗਾਰੰਟੀ ਦੇ ਨਾਲ ਤੇ ਉਹ ਤੋਂ ਬਿਨਾ ਜੇ ਆਪਾਂ ਗੱਲ ਕਰ ਗਏ ਇਹ ਪਿੰਡਾਂ ਵਾਲਿਆਂ ਵਾਸਤੇ ਟਰੈਕਟਰ ਡੋਟਰ ਵੀ ਰੱਖੀ ਬੈਠਾ ਦਿਖਾਵਾਂ ਲੋ ਆਜੋ ਫਿਰ ਭਾਈ ਅੱਗੇ ਇਹ ਸਾਈਕਲ ਆ ਠੀਕ ਹੈ ਤੇ ਹੋਰ ਬਹੁਤ ਚੀਜ਼ਾਂ ਇਹਨਾਂ ਕੋਲ ਸਮਾਨ ਤਾਂ ਬਹੁਤ ਆ ਪਰ ਸਰਨੋ ਘੈਂਟ ਕੰਮ ਆਹਾ ਲੱਗਿਆ ਮੈਨੂੰ ਲੋ ਜੀ ਲੋ ਤਾਂ ਉਹ ਭਾਈ ਆ ਟਰੈਕਟਰ ਇਹਨੂੰ ਚਲਾ ਕੇ ਦਿਖਾ ਲੰਨੇ ਆ ਬਹਿਣਾ ਬੈਜੋ ਜੋ ਅਗ ਸੜਕ ਕੋ ਹੈਗਾ ਵੈਸੇ ਚਲਾਣਾ ਹੈਗਾ ਚਲਾ ਦਨੇ ਆ ਬੱਚੇ ਵਾਲੀ ਬਹੁਤ ਸੋਹਣੀ ਚੀਜ਼ ਆ ਚੁੱਕੀ ਹੈ ਭਾਜੀ ਟਰੈਕਟਰ ਆ ਚੁੱਕਾ ਹੈ ਟਰਾਲੀ ਦੇ ਨਾਲ ਆਏਗਾ ਅੱਛਾ ਟਰੈਕਟਰ ਦੇ ਨਾਲ ਟਰਾਲੀ 9000 ਇਸ ਦੀ ਕੀਮਤ ਹੈ ਜੀ ਪਿਆਰ ਨਾਲ ਤੁਸੀਂ ਵਧੀਆ ਵੈਰਾਈਟੀ ਦੇਖਦੇ ਰਹੋ ਐਂਡ ਤੱਕ ਜਿਹੜਾ ਵੀਡੀਓ ਦੇਖੂਗਾ ਉਹਨੂੰ ਵਧੀਆ ਵੱਡਾ ਗਿਫਟ ਵੀ ਦਵਾਵਾਂਗੇ ਇੱਕ ਨਾਲ ਹੋਰ ਵੀ ਹੈ ਇਹਦੇ 'ਚ ਜਿਹੜਾ ਬਾਈ ਦੇ ਖੋਦੇ ਪੇਚ ਗੁਰਟਵਾਏ ਨੂੰ ਜਿਹੜਾ ਲਾਈਕ ਤੇ ਸ਼ੇਅਰ ਕਰਦਾ ਜਾਂ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਾ ਹੋ ਸਕਦਾ ਆਹ ਟਰੈਕਟਰ ਬੰਦੇ ਨੂੰ ਜਿਹੜਾ ਹੈਗਾ ਆਪਾਂ ਅੱਗੇ ਮੁਫਤੋਂ ਮੁਫਤੀ ਹੀ ਮਿਲ ਸਕਦਾ ਤੇ ਇਹਦੇ ਨਾਲ ਭਾਜੀ ਲੋੜੀ ਵਾਲੇ ਦਿਨ ਤੂੰ ਆ ਕੇ ਆਪਣਾ ਟਰੈਕਟਰ ਚਾਕੇ ਲੈ ਜੇ ਤੇ ਪਿਆ ਹੋਇਆ ਤੇ ਵੀਡੀਓ ਨੂੰ ਪੇਜ ਜਿੰਨੀਆ ਲਾਸਟ ਸਟਾਰਟਿੰਗ ਦਾ ਵੀਡੀਓ ਮੈਂ ਤੁਹਾਨੂੰ ਪੇ ਖੋਲ ਦਿੰਨਾ ਸਟਾਰਟਿੰਗ ਦੇ ਲੈ ਕੇ ਹੁਣ ਤੱਕ ਵੀਡੀਓ ਨੂੰ ਮੇਰੇ ਲਾਈਕ ਕਰ ਦੋ ਕਮੈਂਟ ਕਰ ਦੋ ਸ਼ੇਅਰ ਕਰ ਦੋ ਪੇਜ ਤਾਂ ਦਿਖਾ ਦਿੰਨੇ ਆ ਤੁਹਾਡੇ ਮਤਲਬ ਦਾ ਤੁਹਾਡੇ ਦਿਲਾ ਦੇ ਰਾਜ ਕਰਨ ਵਾਸਤੇ ਗੁਰੂ ਟਵਾਏ ਜਿਹੜਾ ਤੁਹਾਡੇ ਨਾਲ ਖੜਦਾ ਹੈ ਹਮੇਸ਼ਾ ਲੋ ਜੀ ਪੇਜ ਤੁਸੀਂ ਦੇਖ ਸਕਦੇ ਹੋ ਕਿੰਨਾ ਪਿਆਰ ਨਾਲ ਪੇਜ ਬਣਾਇਆ ਹੈ ਤੁਸੀਂ ਦੇਖੋ ਜੁਆਕਲ ਦੀ ਦੋ ਦੀ ਫੋਟੋ ਲਾਈ ਹੋਈ ਹੁੰਦੇ ਚ ਲੋਕਾਂ ਨੇ ਨਾ ਬ੍ਰਾਂਡ ਬੈਸਟਰ ਬਣਾਇਆ ਅਲੱਗ-ਅਲੱਗ ਲਾ ਡਿਜ਼ਾਈਨ ਲਾ ਕੇ ਮਨ ਨੂੰ ਸ਼ੌਂਕ ਸੀਗਾ ਬਾਬਾ ਦੀ ਜੀ ਨੇ ਦਿੱਤੀ ਕਿਰਪਾ ਬੱਚਿਆਂ ਦੀ ਫੋਟੋ ਲਾਉਂਦੀ ਆਪਣੇ ਤਾਂ ਕਿ ਲੋਕੀ ਦੇਖਾ ਨਾ ਇੱਕ ਇਨਸਪੀਰੇਸ਼ਨ ਬਣੋ ਮੇਸ਼ਾ ਖੁਸ਼ਦਿਲ ਬੰਦਿਆਂ ਨੇ ਕਹਿੰਦੇ ਜ਼ਿੰਦਗੀ ਹੈ ਮੈਂ ਕੋਟਲੀ ਵੀਰੇ ਨੂੰ ਚਲੋ ਪਹਿਲੀ ਵਾਰੀ ਮਿਲ ਰਹੇ ਆ ਬਾਈ ਦਾ ਇਹਨਾਂ ਪਿਆਰ ਹੈ ਨੌਲੇਜ ਲਵਾਂਗੇ ਵੀ ਦਵਾਂਗੇ ਵੀ ਤੁਹਾਡੇ ਫਾਇਦੇ ਵੀ ਕਰਾਵਾਂਗੇ ਕਈ ਐਸੀ ਦੁਨੀਆ ਦੀ ਤਾਕਤਾਂ ਆਈਆਂ ਨੇ ਜਿਹੜੀਆਂ ਛੁਪੀਆਂ ਹੋਈਆਂ ਨੇ ਤੇ ਰਾਜ ਸਰੂ ਤੁਹਾਡੇ ਵਿੱਚ ਜਿਹੜਾ ਦੇਖਦਾ ਵੀਡੀਓ ਨੂੰ ਆਪਣਾ ਗਿਫਟ ਪ੍ਰਾਪਤ ਕਰ ਸਕਦਾ ਹੈ ਵੀਡੀਓ ਨੂੰ ਮੈਕਸਿਮਮ ਸ਼ੇਅਰ ਕਮੈਂਟ ਲਾਈਕ ਕਰਨਾ ਜੀ। ਸੋ ਜਿਹੜਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੂਗਾ ਬਾਈ ਕਹਿੰਦਾ ਉਹਦਾ ਟਰੈਕ ਦਾ ਟਰਾਲੀ ਬਈ ਆਪਦਾ ਜਾ ਕੇ ਪਠੇ ਵੜ ਲਿਆ ਕਰੋ ਚਾਹੇ ਆਕੇ ਤੇ ਜਾ ਕੇ ਹੈਨਾ। ਬਾਈ ਦਾ ਪੂਰਾ ਪੂਰਾ ਤਾੜ ਲਵੋਗੇ। ਉਹ ਬਾਦ ਆਪਾਂ ਗੱਲ ਕਰਕੇ ਇਹ ਤਾਂ ਸਕੂਟਰ ਆ ਹੈਨਾ। ਸਕੂਟਰਾਂ ਤੋਂ ਲੈ ਕੇ ਮਾਲਾ ਮੋਟਰਸਾਈਕਲ ਪਤਾ ਨਹੀਂ ਕੀ ਕੀ ਰੱਖੀ ਬੇਟਾ। ਇਹਨੇ ਮੈਨੂੰ ਬਾਈ ਫਿਰ ਕਿੱਥੋਂ ਇਹ ਆਪ ਹੀ ਬਣਾਈ ਬਣੋਈ ਜਾਣਾ। ਸਰ ਮੈਨੂੰ ਬਹੁਤ ਸ਼ੌਂਕ ਹੈ ਕਲੈਕਸ਼ਨ ਕਰਨ ਦਾ ਸਾਡੇ ਟਾਈਮ ਦੇ ਜਿੰਨਾ ਇੱਕ ਸਾਈਕਲ ਸੀ ਟੁੱਟਾ, ਹੀਰੋ ਸਾਈਕਲ ਦਾ ਪੈਡਲ ਨਹੀਂ ਸੀਗਾ। ਪੰਜ ਬੰਦੇ ਘਰ ਦੇ ਚਲਾਂਦੇ ਦੀ ਜੋ 6ਵੀਂ ਮੇਰੀ ਵਾਰੀ ਆਂਦੀ ਧੁੱਪ ਦਾ ਕੜਾਕਾ ਵੇਦਾ ਹੀ ਹੱਥ ਲਾਇਆ ਡਰਦਾ ਸੀ ਮੈਂ ਕਿਹਾ ਸਾਈਕਲ ਨੂੰ ਹੱਥ ਲਾਇਆ ਦੇ ਤਪਸ਼ ਪੈ ਜੂਗੀ ਪੈਰਾਂ 'ਤੇ ਪਏ ਛਾਲੇ ਤੇ ਤਦ ਦਾ ਪ੍ਰਣ ਕਰ ਲਿਆ ਵੀ ਖਡੌਣਿਆਂ ਦੀ ਨਗਰੀ ਦੇ ਵਿੱਚ ਜਿੱਤ ਪ੍ਰਾਪਤ ਕਰਨੀ ਲੋਕਾਂ ਦੇ ਘਰ-ਘਰ ਖੰਡੌਣੇ ਪਹੁੰਚਾਣੇ ਸਸਤੇ ਰੇਟਾਂ ਤੇ ਚੰਗੀ ਕੁਆਲਿਟੀ ਕੋਈ ਕਿਸੇ ਨਾਲ ਕਾਟ ਨਹੀਂ ਕਰਨੀ ਤੁਸੀਂ ਮਤਲਬ ਦੀ ਚੀਜ਼ਾਂ ਲੈ ਲਓ ਇੱਕ ਨਾਲ ਦੀ ਚਾਚਾ ਜੀ ਬਦ ਹਾਸ ਦਾ ਨੀਚੇ ਰੱਖੀਆਂ ਆਈਆਂ ਨੇ ਰੇਟ ਦਊਂਗਾ ਤੁਹਾਡੇ ਮਤਲਬ ਦੇ ਸਰ ਪੈਡਲ ਵਾਲੀ ਕਾਰ ਬਹੁਤ ਘੱਟ ਤੁਹਾਨੂੰ ਮਿਲੇਗੀ ਜੇ ਮਿਲੇਗੀ ਹਲਕੀ ਮਿਲੇਗੀ ਰੇਟ ਦੱਸਣਾ ਡੈਸ਼ ਕੰਪਨੀ ਦਾ ਅਸੀਂ ਪੂਰੇ ਪੰਜਾਬ ਦੇ ਡਿਸਟ੍ਰੀਬਿਊਟਰ ਹੈਗੇ ਆ ਇਸ ਕੁਆਲਿਟੀ ਦੀ ਕਾਰ ਤੁਹਾਨੂੰ ਪੂਰੇ ਪੰਜਾਬ 'ਚ ਨਹੀਂ ਮਿਲਣੀ ਰੇਟ ਦੱਸਣ ਲੱਗਾ 3500 ਰੁਪਈਆ ਸਭ ਤੋਂ ਮਹਿੰਗੀ ਕਾਰ ਹੈ ਜੀਪਾਂ ਸਸਤੀਆਂ ਨੇ ਗੱਡੀਆਂ ਸਸਤੀਆਂ ਨੇ ਪੈਡਲ ਕਾਰ ਮਹਿੰਗੀ ਰੱਖੀ ਹੈ ਜਿਸ ਬੰਦੇ ਨੂੰ ਸ਼ੌਂਕ ਹੈ ਕਹਿੰਦੇ ਨਾ ਵੀ ਸ਼ੌਂਕ ਮਾਰਾਂ ਦਾ ਪੈਡਲ ਦਾ ਐਕਸਰਸਾਈਜ਼ ਕਰਨ ਦਾ ਮਨ ਹੈਗਾ ਤੁਹਾਡਾ ਹਲੋ ਜੀ ਜਿੰਨਾ ਮਰਜ਼ੀ ਜੋਰ ਮਾਰ ਲਓ ਇਹ ਐਨੀ ਕਾ ਵੀ ਮੰਨ ਲਓ ਚਾਹੇ ਵਿੱਚ ਆਪ ਬੈਠ ਕੇ ਬਾਜੀ ਉੱਪਰ ਖੜੇ ਹੋ ਜਾਓ ਕਾਰ ਦਾ ਨਿਹਾਵਾਂਗੇ ਪਰ ਉੱਪਰ ਇਹਦੇ ਪੱਤੇ ਦੇਖੋ ਹਾਂ ਬੈਲੈਂਸ ਕਰੋ ਬੈਲੈਂਸ ਲੋ ਜੀ ਰੱਖੋ ਰੱਖੋ ਚਲੋ ਜੜੋ ਕਾਰ ਦੇਖ ਸਕਦੇ ਹੋ ਭਾਈ ਸਾਹਿਬ ਗਾਰੰਟੀ ਨਾ ਕਹੂੰਗਾ 3500 ਦੀ ਕਾਰ ਗਾਰੰਟੀ ਨਾ ਦਊਂਗਾ ਜਿਸ ਬੰਦੇ ਨੂੰ ਸ਼ੌਂਕ ਹੈ ਨਾ ਗੱਡੀਆਂ ਲਾਉਣ ਦਾ ਲੋੜੀ ਆ ਰਹੀ ਮਜ਼ੇ ਲੈ ਲੈਂਦਾ ਬੱਚੇ ਨੇ ਜਦੋਂ ਸਾਈਕਲ ਚਲਾਣਾ ਹੈ ਕਾਰ ਚਲਾਣੀ ਹੈ ਪੈਡਲ ਮਾਰਨੇ ਆ ਤਾਕਤ ਲੈਣੀ ਹੈ ਵੀ ਗੁਰੂ ਟੋਏ ਆ ਕੇ ਲੈ ਕੇ ਜਾਓ ਤਾਕਤ ਗੱਡੀਆਂ ਦੇ ਨਾਲ ਪਹਿਲ ਦੀ ਗੱਡੀ ਦੇ ਨਾਲ ਮਜਬੂਤ ਬਹੁਤ ਆ ਬਾਈ ਇਹਦਾ ਸਮਾਨ ਪਈਦਾ ਸਾਰਾ ਦਾ ਸਾਰਾ ਜੈਡ ਕਲਿਆਂ ਗੱਡੀਆਂ ਨਹੀਂ ਮੈਨੂੰ ਲੱਗਦਾ ਜਦੋਂ ਜਵਾਕ ਜੰਮ ਪਿਆ ਉਸ ਤੋਂ ਬਾਅਦ ਤਾਂ ਮੈਨੂੰ ਲੱਗਦਾ ਅਸੀਂ ਦੁਕਾਨ ਦੇ ਜਿਹੜਾ ਇੱਕ ਵਾਰੀ ਆਗਾ ਸਾਡੀ ਉਮਰੀ ਸਾਰੇ ਤਰ੍ਹਾਂ ਦੇ ਜੀਪਾਂ ਤੋਂ ਬਿਨਾ ਇਹਨਾਂ ਦਾ ਜਿਹੜਾ ਹੈਗਾ ਅਸਲ ਦੇ ਵਿੱਚ ਕੰਮ ਹੈਗਾ ਹੋਲ ਸੇਲ ਦਾ ਠੀਕਾ ਟਰੱਕ ਭਰ-ਭਰ ਕੇ ਜਿਹੜਾ ਹੈਗਾ ਪੂਰੇ ਇੰਡਗਾ ਦੇ ਵਿੱਚ ਇਹ ਵੇਚਦੇ ਆ ਇਹ ਕੋਈ ਆਏ ਨਹੀਂਗਾ ਪਰ ਇਹਦੀ ਸਭ ਤੋਂ ਵਧੀਆ ਖਾਸੀਅਤ ਮੈਨੂੰ ਇਹ ਘੈਂਟ ਲੱਗੀ ਬਾਈ ਦੀ ਸਾਡੇ ਦੀ ਵੀ ਚਾਹੇ ਤੁਸੀਂ ਇੱਕ ਟਵਾਇ ਲੈਣਾ ਤੇ ਚਾਹੇ ਕਿ ਦੁਕਾਨ ਆ ਲੈਣਾ ਤੇ ਰੇਟ ਬਾਈ ਜਿਹੜਾ ਹੈਗਾ ਤੇ ਉਧਰਲੇ ਪਾਸੋਂ ਦੇਖੋ ਜਵਾਕ ਆ ਗਿਆ ਆਹ ਆ ਗਿਆ ਲੈ ਜੀ ਕਿਆ ਬਾਤ ਆ ਬਾਈ ਮੜਾਈ ਫਰਦਾ ਤੇ ਜਵਾਕ ਕਿੰਨਾ ਮੁੰਨਾ ਰਾਈ ਹੂੰ ਦੇਸ਼ ਦਾ ਸਪਾਈ ਹੂੰ ਬੋਲੇ ਮੇਰੇ ਸੰਗ ਜੈ ਹਿੰਦ ਤੇ ਸਪੈਸ਼ਲ ਸਾਡਾ ਸ਼ੇਰ ਪੁੱਤਰ ਆ ਚੁੱਕਾ ਹੈ ਕਹਿੰਦਾ ਜੱਟ ਦੀ ਟੌਰੀ ਕਹਿੰਦਾ ਟਰੈਕਟਰ ਨਾਲ ਹੁੰਦੀ ਹੈ ਤੇ ਚੌਕਾਂ ਜਿਹੜੀ ਗਲੀਆਂ ਦੇ ਨਾ ਟੋਇਆਂ ਦੇ ਵਿੱਚ ਲਾਨੇ ਟਰੈਕਟਰ ਤਾਂ ਤੁਹਾਡਾ ਸਵਾਦ ਆਊਗਾ ਦੇਖਣ ਦਾ ਵੀ ਚਲਾਣ ਦਾ ਵੀ ਤੇ ਨਿਭਾਣ ਦਾ ਵੀ ਹੰਡਾਣ ਦਾ ਵੀ ਲੋ ਜੀ ਬੈਕ ਕਰ ਮੇਰੇ ਪੁੱਤਰ ਲੈ ਕਹਿੰਦਾ ਗੁਰੂ ਟੋਇਆ ਐ ਚੱਲ ਹੁਣ ਮੈਂ ਬੈਕ ਤੇ ਬੈਗਾ ਦੇਖੋ ਮਾਲਾ ਚੱਲ ਸਾਰੇ ਦਿਖਾ ਦੇ ਬਾਏ ਕਰਦੇ ਸਭ ਨੂੰ ਬਾਏ ਕਰਦੇ ਬਾਏ ਕਰਦੇ ਬਾਏ ਕਰਦੇ ਬਾਏ ਕਰਦੇ ਸਾਰੇ ਸਾਰੇ ਆਓ ਗੁਰੂ ਟਵਾਏ ਚਲੋ ਚਲੋ ਚਲਾ ਸੋ ਇੱਥੇ ਜਿਹੜਾ ਹੈਗਾ ਬੜਾ ਮੈਨੂੰ ਲੱਗਦਾ ਇੱਕ ਵਾਰੀ ਟਵਾਏ ਲੈ ਲਿਆ ਤਾਂ ਮੈਨੂੰ ਲੱਗਦਾ ਸਾਰੀ ਉਮਰ ਨਹੀਂ ਜਵਾਗ ਤੋਂ ਟੁੱਟਣਾ ਨਹੀਂ ਤਾਂ ਬੜੇ ਹਲਕੇ ਹੁੰਦੇ ਆ ਯਾਰ ਸਾਰੀਆਂ ਚੀਜ਼ਾਂ ਨੂੰ ਤੁਹਾਨੂੰ ਬਾਏ ਹੋਰ ਵੀ ਮੜਾ ਕੋਈ ਚੀਜ਼ ਪੰਜ-ਛੇ ਸੱਤ ਵੈਰਾਈਟੀ ਦਿਖਾਣੇ ਆ ਨਿਊ ਬੋਨ ਦੀ ਕੈਟਾਗਰੀ ਦਿਖਾਣੇ ਆ ਜਿਸ ਬੰਦੇ ਨੂੰ ਸ਼ੌਂਕ ਹੈ ਨਾ ਮਾਲ ਘੁੰਮਣ ਦਾ ਮਾਲ ਤੇ ਪਹਿਲ ਜ਼ਰੂਰ ਲੈ ਕੇ ਜਾਓ ਕਾਰਡ ਜ਼ਰੂਰ ਲੈ ਕੇ ਜਾਓ ਖਰਚਣ ਤੋਂ ਪਹਿਲਾਂ ਇੱਕ ਘੰਟੀ ਸਾਡੇ ਨੰਬਰ ਤੇ ਮਾਰ ਲਿਓ ਦਾਅਵੇ ਨਾ ਕਰ ਤਹਾਡੇ ਫਾਇਦੇ ਕਰਾ ਦਨੇ ਆ ਉਹਦੀ ਆਪ ਜੇਬਾ ਭਰ ਭਰ ਕੇ ਨਾ ਤੇ ਪੈਸੇ ਦੇ ਕੇ ਜਾਣੇ ਭਾਈ ਸਾਹਿਬ ਇਹ ਵੀ ਦੇ ਦੋ ਇਹ ਵੀ ਦੇ ਦੋ ਸਭ ਤੋਂ ਸੋਹਣਾ ਬੱਚਿਆਂ ਦਾ ਸਕੂਟਰ ਸਕੂਟਰ ਨਹੀਂ ਹੈ ਭਾਜੀ ਰੇੜਾ ਹੈਗਾ ਜੇ ਤੁਰਨਾ ਸਿੱਖਣਾ ਚਾਹੁੰਦਾ ਇੱਕ ਸਾਲ ਦਾ ਬੱਚਾ ਸਭ ਤੋਂ ਕੰਪਨੀ ਦਾ ਵਧੀਆ ਰੇੜਾ ਆ ਚੁੱਕਾ ਹੈ ਬੱਚੇ ਦੀ ਬੂਸਟਰ ਚੇਅਰਾਂ ਆ ਚੁੱਕੀਆਂ ਨੇ ਵਧੀਆ ਰੇੜੇ ਆ ਚੁੱਕੇ ਨੇ ਵਧੀਆ ਛਤਰੀਆਂ ਵਾਲੇ ਹੈਂਡਲਾਂ ਵਾਲੇ ਦੇਖੋ ਕਿੰਨੇ ਕਿੰਨੇ ਸੋਹਣੇ ਵੋਕਰ ਆ ਚੁੱਕੇ ਇੱਕ ਨਹੀਂ 36 ਡਿਜ਼ਾਈਨ ਖੋਲ ਕੇ ਦਿਖਾਵਾਂਗੇ ਜਿੰਨਾ ਬੋਲ ਰਹੇ ਆ ਉਨਾ ਹੀ ਦਿਖਾਵਾਂਗੇ ਤਾਰੀ ਤਸੱਲੀ ਕਰਾ ਦੂੰਗਾ ਮਾਲ ਖੋਲ ਖੋਲ ਕੇ ਤੁਹਾਡੇ ਫੈਕਟਰੀ ਦੇ ਚ ਸਾਰੀ ਰੇਂਜ ਸਰ ਕੋ ਅਵੇਲੇਬਲ ਹੈ ਸਭ ਤੋਂ ਸੋਹਣੀਆਂ ਗੱਡੀਆਂ ਬਾਈਕਾਂ ਜੀਪਾਂ ਦੇ ਨਾਲ ਇੱਕ ਅਸੀਂ ਲੈ ਕੇ ਆਏ ਬੱਚੇ ਦੀ ਸਲਾਈਡ ਥੋਸ ਬੰਦੇ ਵਾਲੀ ਥੋਸ ਮੀਨਸ ਬਾਈ ਨੂੰ ਲੱਗਾ ਮੈਨੂੰ ਉਸ ਵਾਈ ਦੀ ਵਾਰੀ ਫਿਰ ਲੱਗਾ ਚੜਾ ਲਗਾ ਬਾਈ ਨੂੰ ਸਲਾਈਡ ਦੇ ਉੱਤੇ ਬਾਈ ਆ ਜਾ ਵੀ ਨਹੀਂ ਇੱਕ ਗੱਲ ਤਾਂ ਹੈਗਾ ਵੀ ਭਾਈ ਆਪੇ ਕਹਿੰਦਾ ਵੀ ਤਸੱਲੀ ਕਰ ਲਓ ਵੀ ਬਾਈ ਮੈਂ ਵੀ ਟਰਾਈ ਕਰ ਰਿਹਾ 86 ਕਿਲੋ ਤੇ ਮੈਂ ਵੀ ਪਹੁੰਚ ਕੇ ਵੀਡੀਓ ਬਣਾਈ ਹੈ ਤਿਆਰ ਰੱਖਿਓ ਆਇਆ ਬਾਈ ਦਾ ਵੇਡਤਾ ਘਟਾ ਆ ਯਾਰ ਕਿਆ ਬਾਤ ਹੈ ਮੰਨ ਲਓ ਵੀ ਲੋ ਜੀ ਤੁਸੀਂ ਜਿੱਥੇ ਮਰਜ਼ੀ ਖੜੇ ਹੋ ਤੁਹਾਡੇ ਜਵਾਬ ਤੁਸੀਂ ਮੰਨ ਲਓ ਨਾਲ-ਨਾਲ ਇੱਕ ਜਵਾਬ ਬਣ ਸਕਦਾ ਮੰਨ ਲਓ ਕਈ ਵਾਰੀ ਕਿਉਂਕਿ ਅੱਜ ਕੱਲ੍ਹ ਲੋਕਾਂ ਦੇ ਇਕੱਲਾ-ਕੱਲਾ ਜਵਾਬ ਦਾ ਦੂਜਾ ਖੇਡਣ ਵਾਸਤੇ ਤੁਸੀਂ ਅਜੇ ਤੱਕ ਪੈਦਾ ਨਹੀਂ ਕਰਦੇ ਪਰ ਐਵੇਂ ਨਾਲ ਗੇੜ ਸਕਦੇ ਹੁਣ ਤੋ ਹੀ ਹੈ ਨਾ ਬਲੇਗ ਰੋ ਟਵਾਏ ਕੰਪਨੀ ਦੀ ਸੀ ਪੂਰੇ ਪੰਜਾਬ ਦੇ ਡਿਸਟ੍ਰੀਬਿਊਟਰਾਂ ਆ ਕਵਾਲਿਟੀ ਦੀ ਗਾਰੰਟੀ ਦਵਾਂਗੇ ਫੱਟਾ ਟੁੱਟ ਗਿਆ ਪੀਐਚ ਖਰਾਬ ਹੋ ਗਿਆ ਜਦੋਂ ਮਜ਼ਦਰੀ ਬਦਲਾ ਲਿਓ ਆਨਰੇਬਲ ਪ੍ਰਿੰਸੀਪਲ ਪੂਰੇ ਪੰਜਾਬ ਦੇ ਸਕੂਲਾਂ ਨੂੰ ਬੇਨਤੀ ਹੈ ਚੰਗਾ ਸੌਦਾ ਸਕੂਲਾਂ ਰੱਖੋ ਸਰਕਾਰੀ ਸਕੂਲਾਂ ਨੂੰ ਗਿਫਟ ਦਿਓ ਇੱਕ ਮੈਂ ਬਾਈ ਆਇਆ ਬਾਈ ਦੀ ਗੱਲ ਤੋਂ ਮੈਂ ਜਵਾਬ ਦੇਣਾ ਚਾਹਨਾ ਜਿਹੜਾ ਪਰਿਵਾਰ ਜਿੰਦੀ ਸਿਰਫ ਗੁੰਜਾਇਸ਼ ਹੈਗੀ ਹੈ ਜਾਂ ਪਰਿਵਾਰ ਤੋਂ ਕਹਿੰਦਾ ਪੈਸੇ ਲੋ ਥੋੜੇ ਆਇਆ ਹੈ ਬੱਚੇ ਨੂੰ ਸ਼ੌਂਕ ਆ ਗਿਆ ਵੱਡੀ ਚੀਜ਼ ਲੈਣ ਦਾ ਆਪਣਾ ਆਧਾਰ ਕਾਰਡ ਨਾਲ ਸੰਖਾ ਦਿਖਾ ਦਿਓ ਵੀ ਅਸੀਂ ਵਾਕਈ ਗੁੰਜਾਇਸ਼ ਵਾਲੇ ਬੰਦੇ ਹੈਗੇ ਆ ਜਿੰਨੇ ਦਾ ਸੌਦਾ ਹੈਗਾ 50% ਲੈਸ ਕਰ ਦੂੰਗਾ ਮੈਂ ਜੇ 2000 ਦੀ ਚੀਜ਼ ਆ 1000 ਰੁਪਏ ਦੇ ਦੂੰਗਾ ਬਾਕੀ ਖਾਤਾ ਮੇਰੇ ਗੁਰਨਾਨਕ ਦਾ ਇੱਥੇ ਲੱਗਾ ਹੋਇਆ ਹੈ ਦੇਣ ਵਾਲਾ ਬਾਬਾ ਬੈਠਾ ਜੇ ਲੈਣ ਨੇ ਤੁਸੀਂ ਆ ਜਿਓ ਬੜ ਬੜ ਚੰਗੇ ਵੈਰਾਈਟੀ ਲੈਣੀ ਹੈ ਸਾਡੇ ਸ਼ੋਅ ਜਰੂਰ ਵੈਲਕਮ ਕਰਿਓ ਗੁਰੂ ਟਾਇ ਦਾ ਹਮੇਸ਼ਾ ਸੀ ਉਪਰਾਲਾ ਗੁਰੂ ਮਾਰਾ ਨੇ ਸਾਨੂੰ ਸਿਖਾਇਆ ਵੀ ਸੇਵਾ ਵਿੱਚ ਸਭ ਤੋਂ ਵੱਧ ਸ਼ਕਤੀ ਹੈ ਤੇ ਹਮੇਸ਼ਾ ਇਹ ਰਾਜ ਆ ਬਾਈ ਨੇ ਸਟਾਰਟਿੰਗ ਤੇ ਪੁੱਛਿਆ ਵੀ ਵੀਡੀਓ ਇੰਨੇ ਬੰਦੇ ਬਣਾਉਂਦੇ ਨੇ ਰਾਜ ਕੀ ਹੈ ਤਰੱਕੀ ਅੰਗ ਸੰਗ ਗੁਰੂ ਰਾਮਦਾਸ ਸਾਡੇ ਨਾਲ ਖੜਾ ਹੈ ਜਿਹੜਾ ਆ ਕੇ ਖੜਾਉਣੇ ਲੈ ਕੇ ਜਾਂਦਾ ਹੈ ਬੱਚੇ ਦੇ ਕਰ ਖੜਾਉਣੇ ਜਾਂਦੇ ਬੱਚੇ ਕਰਦੇ ਇੰਜੋਏ ਤੇ ਕਰੋ ਇੰਜੋਏ ਤੁਸੀਂ ਵੀ ਗੁਰੂ ਟਵਾਏ ਆ ਕੇ ਵੈਲਕਮ ਹੈ ਲੋੜੀ ਸਭ ਤੋਂ ਸੋਹਣੀ ਆਈਟਮ ਜਿਸੇ ਬਾ ਵੀਡੀਓ ਐਂਡ ਕਰਨੀ ਹੈ ਤੁਹਾਨੂੰ ਗਿਫਟ ਵੀ ਦੇਣਾ ਹੈਗਾ ਸਭ ਤੋਂ ਪਿਆਰਾ ਬੱਚਿਆਂ ਦਾ ਬੈੱਡ ਦੇਖ ਕੇ ਮਜ਼ਾ ਆਉਂਦਾ ਨਾ ਵੀ ਹਾਂ ਯਾਰ ਅਸੀਂ ਵੀ ਕੋਈ ਚੀਜ਼ ਲੈ ਕੇ ਜਾਂਦੇ ਨਾ 35000 ਨਾ 40000 ਨਾ 32000 ਨਾ 31000 ਰੁਪਏ 15000 ਦੇਣਾ ਦੇਣ ਲੱਗੇ ਲੱਕੜ ਦਾ ਬੈੱਡ ਜਿੰਨੇ ਝੂਲਾ ਵੀ ਆਏਗਾ ਸਵਿੰਗ ਵੀ ਆਏਗਾ ਰੋਕਰ ਵੀ ਆਏਗਾ ਸਾਰੇ ਫੰਕਸ਼ਨ ਵਿੱਚ ਆ ਜਾਣਗੇ ਤੇ ਆਦ ਲੋ ਥੈਂਕਫੁਲ ਆ ਗੁਰਪ੍ਰੀਤ ਕੋਟਲੀ ਵੀਰ ਦਾ ਪਰਿਵਾਰ ਤੋਂ ਸਾਰਿਆਂ ਦਾ ਜਿਹੜੇ ਆਏ ਨੇ ਚੱਲ ਕੇ ਹਮੇਸ਼ਾ ਪਿਆਰ ਦਿੰਦੇ ਐਨਾਂ ਕਿ ਬਾਈਕ ਵੀ ਆ ਵੀ ਬੋਲਦਾ ਹੈਗਾ ਜਿਆਦਾ ਮੈਨੂੰ ਤਾਂ ਬੋਲਣ ਨਹੀਂ ਦਿੰਦਾ ਨਹੀਂ ਬਾਈ ਆਦਾ ਮੈਂ ਪਿਆਰ ਲੈਣਾ ਚਾਹਨਾ ਸਾਰਿਆਂ ਦਾ ਵਿਜ਼ਿਟ ਕਰਨਾ ਪਏਗਾ ਗੁਰੂਟਾਏ ਜੋ ਆਪਣਾ ਬੱਚ ਨੂੰ ਯਾਦ ਲਾਏ 830000086 ਮੇਰਾ ਨੰਬਰ ਹੈ ਸਤਿ ਸ਼੍ਰੀ ਅਕਾਲ ਸੋ ਤੁਸੀਂ ਜਿਹੜਾ ਹੈਗਾ 22 ਤੋਂ ਘਰ ਬੈਠੇ ਵੀ ਸਾਰੀਆਂ ਚੀਜ਼ਾਂ ਮੰਗਾ ਸਕਦੇ ਹੋ ਸ਼ਾਇਦ ਬਾਈ ਡਿਲੀਵਰੀ ਹੋਮ ਡਿਲੀਵਰੀ ਜਿਹੜੀ ਪੂਰੇ ਪੰਜਾਬ ਪੂਰੇ ਦੇ ਇਲਾਕੇ ਵਿੱਚ ਡਿਲੀਵਰੀ ਹੈ ਕਾਲ ਕਰੋ WhatsApp ਮੈਸੇਜ ਪਾ ਦਿਓ ਅਸੀਂ ਜਿਵੇਂ ਸਮਝ ਆਉਂਦਾ ਤੁਹਾਨੂੰ ਫੋਟੋ ਦੀ ਪ੍ਰੋਡਕਟ ਪਾ ਦਾਂਗੇ ਵਿਜ਼ਿਟ ਕਰਸ ਤੋਂ ਜ਼ਿਆਦਾ ਵਧੀਆ ਨਹੀਂ ਫੋਟੋ ਦੇ ਇੱਕ ਦੀ ਪ੍ਰੋਡਕਟ ਮੰਗਾਸ ਹੁੰਦੇ ਤਾਂ ਵੀਡੀਓ ਕਾਲ ਕਰਕੇ ਸਾਰੇ ਸੋਤੇ ਦਿਖਾ ਦਾਂਗੇ ਸੋ ਬਾਈ ਦਾ ਕਹਿਣਾ ਹੈ ਕਿ ਤੁਸੀਂ ਕਿਉਂਕਿ ਲੁਧਿਆਣਾ ਜਿਹੜੇ ਭਰਾ ਨੇੜੇ ਤੇੜੇ ਜਾ ਉਹਦਾ ਜ਼ਰੂਰ ਵੈਸਟ ਕਰਿਓ ਪਰ ਜੇਕਰ ਤੁਸੀਂ ਆਪਣੇ ਬੱਚਿਆਂ ਨੂੰ દિਵਾਲੀ ਲੋਹੜੀ ਤੇ ਨਵੇਂ ਸਾਲ ਤੇ ਜਾਂ ਹੋਰ ਤਿਹਾਰ ਜਿਹੜੇ ਆ ਰਿਹਾ ਉਹਨਾਂ ਦੇ ਗਿਫਟ ਦੇਣਾ ਚਾਹੁੰਦੇ ਆ ਤਾਂ ਜਰੂਰ ਗਰੂਪ ਵਾਈ ਤੁਸੀਂ ਵਿਜ਼ਿਟ ਕਰ ਸਕਦਾ ਨੰਬਰ ਸਕਰੀਨ ਤੇ ਵੀ ਚੱਲ ਰਿਹਾ ਬਾਈ ਨੇ ਬੋਲ ਵੀ ਦਿੱਤਾ ਤਾਂ ਮੈਂ ਤੁਹਾਨੂੰ ਜਿਹੜਾ ਹੈਗਾ ਇਹ ਸੁਜੈਸਟ ਕਰੂੰਗਾ ਕਿ ਜਰੂਰ ਆਇਓ ਬਾਈ ਦੇ ਕੋਲੇ ਮਾਲ ਸਾਰਨੋਂ ਵਧੀਆ ਯਾਰ ਇਹਦੇ ਕੋਲੇ ਕੁਆਲਿਟੀ ਬਹੁਤ ਆ ਬਾਈ ਕੋਲ ਠੀਕ ਆ ਉਦੋਂ ਬਿਨਾ ਇਹਨਾਂ ਦਾ ਜਿਹੜਾ ਹੈਗਾ ਮਜ਼ਬੂਤੀ ਬਹੁਤ ਆ ਜਿਵੇਂ ਤੁਹਾਨੂੰ ਮੈਨੂੰ ਚੜਾ ਚੜਾ ਕੇ ਪਾਈ ਨੇ ਕਮਲਾ ਕਰਤਾ ਹਾਏ ਤਾਂ ਮੈਂ ਰੋਕ ਲਿਆ ਇਹ ਤਾਂ ਖਣਾ ਇਕੱਲੇ ਇਕੱਲੇ ਕਢਾਉਣ ਦੇ ਬਹਿਜਾ ਉੱਤੇ ਜਾ ਗਏ ਹਨਾ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਬਣੇ ਰਹੋ ਗੁਰਪ੍ਰੀਤ ਕੋਟ ਲਈ ਫੇਸਬੁੱਕ ਪੇਜ ਨਾਲ YouTube ਚੈਨਲ ਗੁਰਪ੍ਰੀਤ ਕੋਟ ਲਈ ਅਫੀਸ਼ੀਅਲ ਇੰਸਟਾਗ੍ਰam ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਬਹੁਤ ਧੰਨਵਾਦ ਬਈ ਤੁਸੀਂ ਸਮਝ ਦਿੱਤਾ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਜੀ